ਵੀ ਇੱਕ ਤੇਜ਼ ਆਟੋ ਜਿਹੜਾ ਵਾ ਉਹ ਉੱਚੇ ਪੁਲ ਦੇ ਉੱਤੇ ਜਾ ਰਿਹਾ ਸੀ, ਉਹਦਾ ਐਕਸੀਡੈਂਟ ਹੋ ਗਿਆ। ਜਦੋਂ ਆ ਕੇ ਉਸ ਵੇਲੇ ਮੌਕਾ ਦੇਖਿਆ, ਮੌਕੇ 'ਤੇ ਉਹ ਆਟੋ ਜਿਹੜਾ ਸੀ ਉਹਨੂੰ ਚਲਾ ਰਿਹਾ ਸੀ, ਜਿਹੜਾ ਉਹ ਤੇਜ਼ ਸਪੀਡ ਸੀ, ਤੇਜ਼ ਸਪੀਡ ਹੋਣ ਕਰਕੇ ਆਟੋ ਜਿਹੜਾ ਉਹਦੇ ਨਾਲ ਟਕਰਾ ਕੇ ਬੰਨੀ ਨਾ, ਅਤੇ ਜਿਹੜਾ ਡਰਾਈਵਰ ਸੀ ਆਟੋ ਦਾ ਸ਼ੀਸ਼ਾ ਅਗਲਾ ਸ਼ੀਸ਼ਾ ਟੁੱਟ ਕੇ ਵਿੱਚੋਂ ਦੀ ਥੱਲੇ ਡਿੱਪਿਆ, ਅਤੇ ਇੱਕ ਲੜਕੀ ਜਿਹੜੀ ਆ ਅਤੇ ਇੱਕ ਲੜਕਾ ਮਗਰਲੇ ਪਾਸੇ ਆਟੋ ਦੇ ਵਿੱਚ ਬੈਠੇ, ਉਹ ਲੜਕੀ ਜਿਹੜੀ ਆ ਨਾਲ ਹੀ ਅੱਟ ਇਹਦੇ ਡਰਾਈਵਰ ਦੇ ਨਾਲ ਹੀ ਥੱਲੇ ਡਿੱਗੀ ਆ, ਅਤੇ ਜਿਹੜਾ ਡਰਾਈਵਰ ਸੀ ਉਹ ਪਹਿਲਾਂ ਡਿੱਗਾ ਸੀ, ਅਤੇ ਜਿਹੜੇ ਉਹਦੇ ਡਿੱਗਣ ਦੇ ਨਾਲ ਉਹਦਾ ਜਿਹੜਾ ਸਿਰ ਵੱਜਾ ਥੱਲੇ ਉਹਦੀ ਮੌਤ ਹੋ ਗਈ, ਅਤੇ ਜਿਹੜੀ ਲੜਕੀ ਉਹਦੇ ਮਾਮੂਲੀ ਜਿਹੜੀਆਂ ਸੱਟਾਂ ਲੱਗੀਆਂ ਉਹਨੂੰ ਗੁਰੂ ਨਾਨਕ ਹਸਪਤਾਲ ਐਡਮਿਟ ਕਰਾਇਆ। ਸਤਨਾਮ ਸਿੰਘ ਐਸਆਈ ਸਰਕਟ ਹਾਊਸ ਚੌਂਕੀ। ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਆ ਕਰੀਬ 8:45 ਕਿ ਇੱਕ ਤੇਜ਼ ਆਟੋ ਜਿਹੜਾ ਵਾ ਉਹ ਉੱਚੇ ਪੁਲ ਦੇ ਉੱਤੇ ਜਾ ਰਿਹਾ ਸੀ, ਉਹਦਾ ਐਕਸੀਡੈਂਟ ਹੋ ਗਿਆ। ਜਦੋਂ ਆ ਕੇ ਉਸ ਵੇਲੇ ਮੌਕਾ ਦੇਖਿਆ, ਮੌਕੇ 'ਤੇ ਉਹ ਆਟੋ ਜਿਹੜਾ ਸੀ ਉਹਨੂੰ ਚਲਾ ਰਿਹਾ ਸੀ, ਜਿਹੜਾ ਉਹ ਤੇਜ਼ ਸਪੀਡ ਸੀ, ਤੇਜ਼ ਸਪੀਡ ਹੋਣ ਕਰਕੇ ਆਟੋ ਜਿਹੜਾ ਉਹਦੇ ਨਾਲ ਟਕਰਾ ਕੇ ਬੰਨੀ ਨਾ, ਅਤੇ ਜਿਹੜਾ ਡਰਾਈਵਰ ਸੀ ਆਟੋ ਦਾ ਸ਼ੀਸ਼ਾ ਅਗਲਾ ਸ਼ੀਸ਼ਾ ਟੁੱਟ ਕੇ ਵਿੱਚੋਂ ਦੀ ਥੱਲੇ ਡਿੱਪਿਆ, ਅਤੇ ਇੱਕ ਲੜਕੀ ਜਿਹੜੀ ਆ ਅਤੇ ਇੱਕ ਲੜਕਾ ਮਗਰਲੇ ਪਾਸੇ ਆਟੋ ਦੇ ਵਿੱਚ ਬੈਠੇ, ਉਹ ਲੜਕੀ ਜਿਹੜੀ ਆ ਨਾਲ ਹੀ ਇਹਦੇ ਡਰਾਈਵਰ ਦੇ ਨਾਲ ਹੀ ਥੱਲੇ ਡਿੱਪੀ ਆ, ਅਤੇ ਜਿਹੜਾ ਡਰਾਈਵਰ ਸੀ ਉਹ ਪਹਿਲਾਂ ਡਿੱਗਾ ਸੀ, ਅਤੇ ਜਿਹੜੇ ਉਹਦੇ ਡਿੱਗਣ ਦੇ ਨਾਲ ਉਹਦਾ ਜਿਹੜਾ ਸਿਰ ਵੱਜਾ ਥੱਲੇ ਉਹਦੀ ਮੌਤ ਹੋ ਗਈ, ਅਤੇ ਜਿਹੜੀ ਲੜਕੀ ਉਹਦੇ ਮਾਮੂਲੀ ਜਿਹੜੀਆਂ ਸੱਟਾਂ ਲੱਗੀਆਂ ਉਹਨੂੰ ਗੁਰੂ ਨਾਨਕ ਹਸਪਤਾਲ ਐਡਮਿਟ ਕਰਾਇਆ। ਅਤੇ ਕਿਹੜਾ ਪੁਲ ਦੱਸਿਆ ਜਾ ਰਿਹਾ? ਇਹ ਜਿਹੜਾ ਇਹ ਪੁਲ ਆ ਜਿਹੜਾ ਸਟੇਸ਼ਨ ਵੱਲ ਨੂੰ ਉਤਰਦਾ ਵਾ, ਪਿੱਛੋਂ ਆ ਕੇ ਭੰਡਾਰੀ ਪੁਲ ਵੱਲ ਸਟੇਸ਼ਨ ਵੱਲ ਨੂੰ ਉਤਰਦਾ, ਅਤੇ ਕਰੀਬ ਵਿਚਕਾਰ ਜੇ ਜਿੱਥੇ ਪੈਟਰੋਲ ਪੰਪ ਆ ਉਹਦੇ ਥੱਲੇ ਡਿੱਗੇ। ਅਤੇ ਕੀ ਨਾਮ ਸੀ ਇਹਦਾ? ਇਹਦਾ ਨਾਮ ਨੀਰਜ, ਪਿੰਡ ਦਾ ਪੰਡੋਰੀ ਦੱਸਦੇ ਆ, ਵਾਪਸੇ ਦੇ ਆ ਗਏ ਅਤੇ ਉਹਨਾਂ ਦੱਸਿਆ ਪਛਾਣ ਲਿਆ ਵਾ ਇਹਦੀ ਕਰੀਬ ਆਪਣਾ ਉਮਰ 35 ਦੇ ਲਾਗੇ ਜਾ ਗਿਆ। ਹੁਣ ਅਸੀਂ ਇਹਦਾ ਇਹ ਸਾਹਿਬਨ ਐਕਸੀਡੈਂਟ ਆ, ਇਹ ਤੇਜ਼ ਸਪੀਡ ਹੋਣ ਕਰਕੇ ਡਿੱਗਾ ਹੈ, ਅਤੇ ਇਹਦੇ 'ਚ ਕਿਸੇ ਦਾ ਕਸੂਰ ਨਹੀਂ ਹੈ ਕੋਈ, ਅਤੇ ਅਸੀਂ ਜਿਹੜੀ ਅਗਲੀ ਕਾਰਵਾਈ ਇਹਦਾ ਪੋਸਟਮਾਰਟਮ ਵਾਸਤੇ ਲੈ ਕੇ ਚੱਲੇ ਹਾਂ, ਜੋ ਕਾਰਵਾਈ ਬਣੂ ਉਹ ਅਮਲੇ 'ਚ ਲਿਆਂਦੀ ਜਾਵੇਗੀ। ਉਹਨਾਂ ਦਾ ਇੱਕ ਮੁੰਡੇ ਦਾ ਬਜਾਜ ਆ, ਤਕਰੀਬਨ ਉਹਦੇ ਕੋਈ ਸੱਟ ਨਹੀਂ ਲੱਗੀ, ਅਤੇ ਜਿਹੜਾ ਲੜਕੀ ਆ ਉਹਦੇ ਮਾੜੀਆਂ ਮੋਟੀਆਂ ਸੱਟਾਂ ਲੱਗੀਆਂ ਨੇ, ਗੁਰੂ ਨਾਨਕ ਹਾਊਸ ਐਡਮਿਟ ਕਰਾਇਆ। ਪਛਾਣ ਹੋ ਗਈ ਇਹਦੇ ਵਾਰਸ ਆ ਗਏ ਘਰ ਦੇ, ਪੰਡੋਰੀ ਦਾ ਰਹਿਣ ਵਾਲਾ। ਆਪਣਾ ਨਾਮ ਦੱਸ ਦੇ ਜੀ। ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ, ਪੰਡੋਰੀ ਵੜਾਜ ਮਜੀਠਾ ਰੋਡ ਤੋਂ। ਇਹ ਜੀ ਆਟੋ ਚਲਾਉਂਦਾ ਸੀਗਾ ਮੁੰਡਾ ਭਤੀਜਾ ਸਾਡਾ ਨੀਰਜ, ਇਹ ਆਟੋ ਚਲਾਉਂਦਾ ਸੀਗਾ ਅਤੇ ਐਕਸੀਡੈਂਟ ਹੋਇਆ, ਉਦੋਂ ਪੁਲ ਦੇ ਉੱਪਰੋਂ ਡਿੱਗਾ ਹੈ। ਕਿਹੜਾ ਪੁਲ ਹੈ ਜੀ? ਪੁਲ ਸਟੇਸ਼ਨ ਲੱਗ ਗਿਆ ਜੀ, ਜਿਹੜਾ ਨਵਾਂ ਪੁਲ ਬਣਿਆ। ਉਮਰ ਇਹਦੀ 18 ਸਾਲ ਦੀ ਹੈ ਜੀ। ਤੁਹਾਨੂੰ ਸਾਨੂੰ ਪੁਲਿਸ ਨੇ ਇਨਫੋਰਮ ਦਿੱਤੀ, ਇਨਫੋਰਮੇਸ਼ਨ ਵੀ ਤੁਹਾਡਾ ਬੰਦਾ ਇਸ ਤਰ੍ਹਾਂ ਨੰਬਰ ਮਿਲਿਆ ਉਹਦਾ, ਫਿਰ ਅਸੀਂ ਘਰੋਂ ਆਏ। ਉਹਦੇ ਬਾਰੇ ਨਹੀਂ ਪਤਾ ਸਾਨੂੰ, ਇਹਨੂੰ ਪਤਾ ਹੋਇਆ। ਪਰਮਾਤਮਾ ਦੇ ਘਰ ਦੇਰ ਹੈ ਪਰ ਹਨੇਰ ਨਹੀਂ, ਅਜਿਹੀ ਕੋਈ ਪਰੇਸ਼ਾਨੀ ਨਹੀਂ ਜਿਸ ਦਾ ਕੋਈ ਹੱਲ ਨਾ ਹੋਵੇ। ਯੋਧੀ ਸਮਰਾਟ ਪੰਡਿਤ ਤੁਲਸੀਦਾਸ ਜੀ। ਮਨ ਚਾਹੇ ਪਿਆਰਲੀ ਮਾਤਾ ਪਿਤਾ ਨੂੰ ਮਨਾਉਣਾ, ਪ੍ਰੇਮੀ ਪ੍ਰੇਮਿਕਾ ਪਤੀ ਪਤਨੀ 'ਚ ਝਗੜਾ, ਸੋਧਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਜ਼ਮੀਨੀ ਝਗੜਾ, ਇਮੀਗ੍ਰੇਸ਼ਨ ਮਸਲੇ, ਕਰਜ਼ਾ ਮੁਕਤੀ, ਗੁਪਤ ਵਸ਼ੀਕਰਨ ਕਰਾਓ, ਮਨ ਚਾਹਾਂ ਪ੍ਰੇਮੀ ਪ੍ਰੇਮਿਕਾ ਪਾਓ, ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ, ਇੱਕ ਵਾਰ ਜ਼ਰੂਰ ਸੰਪਰਕ ਕਰੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਸੰਪਰਕ ਕਰੋ 98147 56620।